ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਵਿੱਚ ਭ੍ਰਿਸ਼ਟਾਚਾਰ ਦੀਆਂ ਤੰਦਾਂ ਖੁੱਲਦੀਆਂ ਨਜ਼ਰ ਆ ਰਹੀਆਂ ਨੇ। ਇਲਜ਼ਾਮ ਨਵਜੋਤ ਸਿੰਘ ਸਿੱਧੂ ਨੂੰ ਕਟਹਿਰੇ ਦੇ ਵਿੱਚ ਖੜੇ ਕਰ ਰਹੇ ਨੇ ਅਤੇ ਇਲਜ਼ਾਮ ਲਗਾਉਣ ਵਾਲਾ ਵੀ ਕਾਂਗਰਸੀ ਲੀਡਰ ਹੈ। ਵੇਖੋ ਕੀ ਹੈ ਪੂਰਾ ਮਾਮਲਾ। ਅੱਧਾ ਕਿ ਤੈਨੂੰ ਨੰਗਾ ਕਰ ਦਿੱਤਾ ਮੈਂ ਕਿ ਕਰਪਸ਼ਨ ਕਰਦਾ, ਤੂੰ ਵੀ ਕਰਦਾ, ਤੇਰੀ ਸਾਰੀ ਫੈਮਿਲੀ ਕਰਦੀ ਆ, ਬਾਕੀ ਵੀ ਲੋਕੀ ਛੇਤੀ ਵਿਸ਼ਵਾਸ ਕਰਨਗੇ ਕਿ ਤੂੰ ਬੜਾ ਵੱਡਾ ਭ੍ਰਿਸ਼ਟ ਬੰਦਾ ਵਾ। ਨਵਜੋਤ ਸਿੱਧੂ ਦੇ ਅਕਸ ਤੇ ਕਾਂਗਰਸ ਨੇ ਹੀ ਲਾਇਆ ਧੱਬਾ। ਮੈਂ ਸਿੱਧੂ ਨੂੰ ਇੱਕ ਚੈਲੰਜ ਕਰਦਾ, ਸਿੱਧੂ ਦੇ ਸਾਰੇ ਪਰਿਵਾਰ ਨੂੰ ਕਰਦਾ, ਪੂਰੀ ਪੰਜਾਬ ਗਵਰਨਮੈਂਟ ਨੂੰ ਕਹਿੰਦਾ ਕਿ ਜੇ ਮੇਰੇ ਤੱਥ ਜਾਲੀ ਆ ਤੇ ਤੂੰ ਐਡਾ ਮਤਲਬ ਵੱਡਾ ਮਿਨਿਸਟਰ ਆ, ਦੋ ਤੀਜੇ ਨੰਬਰ ਤੇ ਤੂੰ ਆਉਣਾ ਰਾਜੇ ਤੋਂ, ਤੇ ਮੇਰੇ ਤੇ 420 ਦਾ ਪਰਚਾ ਦਰਜ ਕਰਾ। ਕਾਂਗਰਸ ਦੇ ਬੁਲਾਰੇ ਮਨਦੀਪ ਸਿੰਘ ਮੰਨਾ ਨੇ ਸਿੱਧੂ ਨੂੰ ਦਿੱਤੀ ਚੁਣੌਤੀ। ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੱਧੂ ਆਪਣੀ ਹੀ ਪਾਰਟੀ ਦੇ ਨਿਸ਼ਾਨੇ ਤੇ ਨੇ। ਸਿੱਧੂ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਹਾਈਕੋਰਟ ਦੇ ਹੁਕਮਾਂ ਨੂੰ ਠੇਂਗਾ ਵਿਖਾ ਕੇ ਸ਼ਹਿਰ ਵਿੱਚ ਨਾਜਾਇਜ਼ ਇਮਾਰਤਾਂ ਖੜੀਆਂ ਕੀਤੀਆਂ ਜਾ ਰਹੀਆਂ ਨੇ। ਹੋਰ ਤਾਂ ਹੋਰ, ਨਵਜੋਤ ਸਿੱਧੂ ਦੇ ਸਥਾਨਕ ਸਰਕਾਰਾਂ ਵਿਭਾਗ ਨੂੰ ਭ੍ਰਿਸ਼ਟ ਵਿਭਾਗ ਦੱਸਿਆ ਜਾ ਰਿਹਾ। ਇਲਜ਼ਾਮ ਲਗਾਉਣ ਵਾਲੇ ਨੇ ਕਾਂਗਰਸ ਦੇ ਬੁਲਾਰੇ ਮਨਦੀਪ ਸਿੰਘ ਮੰਨਾ। ਅੰਮ੍ਰਿਤਸਰ 'ਚ ਪ੍ਰੈਸ ਕਾਨਫਰੰਸ ਕਰਕੇ ਮੰਨਾ ਨੇ ਮੀਡੀਆ ਅੱਗੇ ਸਿੱਧੂ ਦੀਆਂ ਫੋਟੋਆਂ ਵੀ ਨਸ਼ਰ ਕੀਤੀਆਂ। ਮੈਂ ਇਹਨੂੰ ਪੁੱਛਣਾ ਚਾਹੁੰਦਾ, ਜੇ ਤੂੰ ਇਮਾਨਦਾਰ ਹੈ ਤੂੰ ਰੋਜ਼ ਡੀਂਗਾ ਮਾਰਦਾ, ਕਦੀ ਮੈਨੂੰ ਰੇਤਾ ਵਾਲਾ ਮਹਿਕਮਾ ਦੇ ਦਿਓ, ਕਦੀ ਮੈਨੂੰ ਪੁਲਿਸ ਵਾਲਾ ਮਹਿਕਮਾ ਦੇ ਦਿਓ, ਮੈਂ 2 ਦਿਨਾਂ 'ਚ ਸੁਧਾਰ ਕਰ ਦੂੰਗਾ। ਮੈਂ ਇਹਨੂੰ ਪੁੱਛਣਾ ਚਾਹੁੰਦਾ ਕਿ ਤੇਰੇ ਮਹਿਕਮੇ 'ਚ ਐਡੀ ਵੱਡੀ ਕਰਪਸ਼ਨ ਹੈ, ਤੇਰੇ ਮਹਿਕਮੇ 'ਚ ਐਡੀ ਵੱਡੀ ਲੁੱਟ ਹੈ, ਇਹਨਾਂ ਨੂੰ ਤੂੰ ਪੁੱਠਾ ਕਦੋਂ ਟੰਗੇਗਾ? ਉਹ ਬੰਦੇ ਜਿਹੜੇ ਤੇਰੇ ਨਾਲ 4 ਚਫੇਰੇ ਤੁਰੇ ਫਿਰਦੇ ਨੇ, ਤੇਰੇ ਨਾਲ ਗੁੱਡੀਆਂ ਡਾਉਂਦੇ ਨੇ, ਤੇਰੇ ਨਾਲ ਪਤੰਗਾਂ ਡਾਉਂਦੇ, ਤੇਰੇ ਨਾਲ ਹੋਲੀਆਂ ਖੇਡਦੇ ਨੇ, ਉਹ ਸ਼ਹਿਰ ਦੇ ਵਿੱਚ ਗਲਤ ਕੰਮ ਕਰਦੇ ਨੇ, ਤੇਰੀ ਇੰਨੀ ਹਿੰਮਤ ਨਹੀਂ ਤੂੰ ਉਹਨਾਂ ਨੂੰ ਰੋਕ ਸਕੇ, ਤੂੰ ਬਾਕੀ ਮਹਿਕਮਿਆਂ ਦੇ ਵਿੱਚ ਕੀ ਕਰੇਗਾ? ਮੈਂ ਤਾਂ ਤੇਰੇ ਬਾਰੇ ਇਹੋ ਕਹਿਣਾ ਚਾਹੁੰਦਾ ਕਿ ਤੂੰ ਸਾਡੇ ਵਿੱਚ ਤੇ ਰਲਦਾ ਮਿਲਦਾ ਹੀ ਨਹੀਂ ਹੈਗਾ, ਤੂੰ ਸਾਡੀ ਕੀ ਬਾਂਹ ਫੜਨੀ ਹੈ ਕਿ ਤੂੰ ਕਿਸੇ ਹੋਰ ਹੀ ਪਲੈਨਟ ਦਾ ਬੰਦਾ ਲੱਗਦਾ? ਅੱਤ ਦੀ ਗਰਮੀ ਹੋਵੇ ਜੂਨ ਜੁਲਾਈ ਦੀ ਤੇ ਤੂੰ ਜੈਕਟ ਪਾਈ ਹੁੰਦੀ ਏਡੀ ਮੋਟੀ, ਜੇ ਅੱਤ ਦੀ ਠੰਡ ਹੋਵੇ ਤੇ ਤੂੰ ਕੁੜਤਾ ਪਜਾਮਾ ਪਾਇਆ ਹੁੰਦਾ, ਸਾਡੇ ਤੇ ਤੇਰਾ ਰਲਦਾ ਮਿਲਦਾ ਕੰਮ ਹੀ ਨਹੀਂ ਹੈਗਾ। ਨੀਤ ਨਾਲ ਕੰਮ ਕਰੋ। ਇਹ ਕੰਪਲੇਨਾਂ ਮੈਂ ਅੱਗੇ ਵੀ ਸੀਐਮ ਨੂੰ ਤੇਰੇ ਖਿਲਾਫ ਦਿੱਤੀਆਂ ਔਰ ਹੁਣ ਮੈਂ ਲੋਕਪਾਲ ਕੋ ਵੀ ਲੈ ਕੇ ਜਾਣੀ ਆ, ਮੈਨੂੰ ਹਾਈਕੋਰਟ ਜਾਣਾ ਪਿਆ, ਮੈਂ ਤਾਂ ਵੀ ਜਾਣਾ। ਅੱਧਾ ਕਿ ਤੈਨੂੰ ਨੰਗਾ ਕਰ ਦਿੱਤਾ ਮੈਂ ਕਿ ਕਰਪਸ਼ਨ ਕਰਦਾ, ਤੂੰ ਵੀ ਕਰਦਾ, ਤੇਰੀ ਸਾਰੀ ਫੈਮਿਲੀ ਕਰਦੀ ਆ, ਬਾਕੀ ਵੀ ਲੋਕੀ ਛੇਤੀ ਵਿਸ਼ਵਾਸ ਕਰਨਗੇ ਕਿ ਤੂੰ ਬੜਾ ਵੱਡਾ ਭ੍ਰਿਸ਼ਟ ਬੰਦਾ ਵਾ। ਔਰ ਇਹ ਜਿਹੜਾ ਮਸਲਾ ਅੱਜ ਮੈਂ ਹੋਟਲਾਂ ਦਾ ਚੁੱਕਿਆ ਕਿ ਤੇਰੀ ਦੇਖ ਰੇਖ 'ਚ ਤੇਰੀ ਹੋਮ ਸਿਟੀ 'ਚ ਹੋਟਲ ਬਣ ਰਹੇ ਨੇ, ਤੇਰੀ ਇੰਨੀ ਹਿੰਮਤ ਨਹੀਂ ਹੈਗੀ ਤੂੰ ਉਹਨਾਂ ਨੂੰ ਰੋਕ ਸਕੇ? ਆਪਣੀ ਇਮਾਨਦਾਰੀ ਨਾਲ ਸੇਵਾ ਨਿਭਾ ਜਿਹੜੀ ਤੈਨੂੰ ਮਿਲੀ ਹੈ। ਸ਼ਹਿਰ ਵਿੱਚ ਹੋਟਲਾਂ ਦੀ ਨਾਜਾਇਜ਼ ਉਸਾਰੀ ਤੇ ਵੀ ਮੰਨਾ ਨੇ ਕਈ ਸਨਸਨੀਖੇਜ਼ ਖੁਲਾਸੇ ਕੀਤੇ ਅਤੇ ਨਵਜੋਤ ਸਿੱਧੂ ਨੂੰ ਚੁਣੌਤੀ ਦਿੱਤੀ। ਹੋਟਲਾਂ ਨੂੰ ਹਾਈਕੋਰਟ ਨੇ ਰਿਜੈਕਟ ਕੀਤਾ ਆ ਕਿ ਇਹ ਹੋਟਲ ਨਹੀਂ ਬਣ ਸਕਦੇ। ਕਾਰਪੋਰੇਸ਼ਨ ਨੇ ਰਿਜੈਕਸ਼ਨ ਲੈਟਰ ਜਾਰੀ ਕੀਤੇ ਨੇ, ਉਸ ਤੋਂ ਬਾਅਦ ਵੀ ਕਾਰਪੋਰੇਸ਼ਨ ਇੱਕ ਨੋਟਿਸ ਜਾਰੀ ਕਰਦੀ ਆ ਕਿ ਪੋਲੀਟੀਕਲ ਪ੍ਰਭਾਵ ਦੇ ਹੇਠ ਸਾਡੇ ਕੋਲ ਇਹ ਕੰਮ ਨਹੀਂ ਰੋਕਿਆ ਜਾ ਰਿਹਾ। ਮੈਨੂੰ ਪੁੱਛਣਾ ਚਾਹੁੰਦਾ ਤੇਰੇ ਮਹਿਕਮੇ 'ਚ ਪੋਲੀਟੀਕਲ ਪ੍ਰਭਾਵ ਕਿਹਦਾ ਹੈਗਾ? ਸਿਰਫ ਤੇਰਾ ਹੈਗਾ, ਹੋਰ ਤੇ ਤੇਰੇ ਮਹਿਕਮੇ 'ਚ ਕੋਈ ਦਖਲ ਹੀ ਨਹੀਂ ਦਿੰਦਾ, ਤੇਰੇ ਮਹਿਕਮੇ 'ਚ ਤਾਂ ਕੈਪਟਨ ਅਮਰਿੰਦਰ ਸਿੰਘ ਵੀ ਦਖਲ ਨਹੀਂ ਦਿੰਦਾ, ਫਿਰ ਪੋਲੀਟੀਕਲ ਪ੍ਰਭਾਵ ਕਾਹਦਾ? ਕੀ ਤੂੰ ਹਾਈਕੋਰਟ ਤੋਂ ਵੀ ਉੱਪਰ? ਹਾਈਕੋਰਟ ਨੂੰ ਆਪਣੇ ਤੌਰ 'ਤੇ ਸੂ ਮੋਟੋ ਲੈਣਾ ਚਾਹੀਦਾ ਔਰ ਇਹਨਾਂ ਦੇ ਖਿਲਾਫ਼, ਇਹੋ ਜਿਹੇ ਕਰਪਟ ਲੀਡਰਾਂ ਦੇ ਖਿਲਾਫ਼, ਅਫਸਰਾਂ ਦੇ ਖਿਲਾਫ਼ ਕਾਰਵਾਈ ਕਰਨੀ ਚਾਹੀਦੀ। ਦਰਬਾਰ ਸਾਹਿਬ ਦੇ ਲਾਗੇ 24 ਹੋਟਲ ਨੇ, ਹਾਈਕੋਰਟ ਨੇ ਰਿਜੈਕਟ ਕੀਤੇ ਹੋਏ ਨੇ, ਉਹਨਾਂ ਦੀ ਉਸਾਰੀ ਬੰਦ ਕੀਤੀ ਹੋਈ ਹੈ, ਕਾਰਪੋਰੇਸ਼ਨ ਨੇ ਉਹਨਾਂ ਦੀਆਂ ਰਿਜੈਕਸ਼ਨ ਲੈਟਰ ਕੱਢੀਆਂ ਹੋਈਆਂ ਨੇ, ਇਹਨਾਂ ਦੇ ਢਾਉਣ ਦੇ ਆਰਡਰ ਸੀਗੇ। ਉਸ ਤੋਂ ਬਾਅਦ ਇਹ ਲੋਅਰ ਕੋਰਟ 'ਚ ਜਾਂਦੇ ਨੇ, ਉੱਥੋਂ ਸਟੇਅ ਲੈ ਕੇ ਆ ਜਾਂਦੇ ਨੇ, ਸਾਡੀ ਬਿਲਡਿੰਗ ਢਾਈ ਨਾ ਜਾਵੇ। ਸਟੇਅ ਦਾ ਮਤਲਬ ਇਹਨਾਂ ਨੂੰ ਮਿਲਿਆ ਸਟੇਟਸ ਕੋ ਕਿ ਜੋ ਹੈਗਾ ਉਹੀ ਰਹੇਗਾ। ਉਸ ਤੋਂ ਬਾਅਦ ਵੀ ਉੱਥੇ ਬੇਧੜਕ ਹੋ ਕੇ ਜਿਹੜੀ ਉਸਾਰੀ ਚੱਲਦੀ ਰਹਿੰਦੀ, ਅੱਜ ਵੀ ਚੱਲਣ ਡਈ ਆ, ਮੈਂ ਤਾਜ਼ੀਆਂ ਫੋਟੋਆਂ ਦਿੱਤੀਆਂ ਨੇ ਨਾਲ। ਮੈਂ ਸਿੱਧੂ ਨੂੰ ਇੱਕ ਚੈਲੰਜ ਕਰਦਾ, ਸਿੱਧੂ ਦੇ ਸਾਰੇ ਪਰਿਵਾਰ ਨੂੰ ਕਰਦਾ, ਪੂਰੀ ਪੰਜਾਬ ਗਵਰਨਮੈਂਟ ਨੂੰ ਕਹਿੰਦਾ ਕਿ ਜੇ ਮੇਰੇ ਤੱਥ ਜਾਲੀ ਆ ਤੇ ਤੂੰ ਐਡਾ ਮਤਲਬ ਵੱਡਾ ਮਿਨਿਸਟਰ ਆ, ਦੋ ਤੀਜੇ ਨੰਬਰ ਤੇ ਤੂੰ ਆਉਣਾ ਰਾਜੇ ਤੋਂ, ਤੇ ਮੇਰੇ ਤੇ 420 ਦਾ ਪਰਚਾ ਦਰਜ ਕਰਾ, ਤੇ ਨਹੀਂ ਤੇ ਮੰਨ ਤੂੰ ਚੋਰ ਆ। ਮੇਰਾ ਦੇਖੋ ਮੇਰਾ ਕੰਮ ਹੈ, ਮੈਂ ਕੰਪਲੇਨਾਂ ਦਿੱਤੀਆਂ ਨੇ, ਮੈਂ ਲੋਕਾਂ ਸਾਹਮਣੇ ਤੱਥ ਲੈ ਕੇ ਆਇਆ, ਅਗਲੀ ਇਲੈਕਸ਼ਨ ਵੀ ਇਹਨੇ ਲੜਨੀ ਹੈ, ਸਾਰਾ ਕੁਝ ਹੋਣਾ, ਇਹ ਨਹੀਂ ਕਾਰਵਾਈ ਕਰੂਗਾ ਤੇ ਕੋਰਟ ਹੈਗੀ ਆ, ਮੈਂ ਕੋਰਟ ਦੇ ਵਿੱਚ ਜਾਊਂਗਾ। ਅੱਗੇ ਵੀ ਇੱਕ ਕੇਸ ਇਹਦੇ ਸਿਰ ਤੇ ਤਲਵਾਰ ਲਟਕਦੀ ਫਿਰਦੀ, ਉਹਦੇ ਵਿੱਚ ਵੀ ਇਹਨੂੰ ਸਜ਼ਾ ਹੋਣੀ ਆ ਜਿਹੜਾ ਇਹਨੇ ਬੰਦਾ ਮਾਰਿਆ। ਦੂਜਾ, ਇਨਕਮ ਟੈਕਸ ਨੇ ਇਹਨੂੰ ਚੋਰ ਸਾਬਤ ਕਰ ਦਿੱਤਾ। ਤੀਜਾ, ਇਹ ਕਿੱਥੋਂ ਤੱਕ ਬੱਕਰੇ ਦੀ ਮਾਂ ਕਾਤਾ ਖੈਰ ਮਨਾਊਗੀ। ਕਾਂਗਰਸੀ ਲੀਡਰ ਮਨਦੀਪ ਸਿੰਘ ਮੰਨਾ ਨੇ ਅੰਮ੍ਰਿਤਸਰ ਦੇ ਮੇਅਰ ਨੂੰ ਵੀ ਚੁਣੌਤੀ ਦਿੱਤੀ ਹੈ ਤੇ ਜਵਾਬ ਮੰਗਿਆ ਕਿ ਛੇਤੀ ਤੋਂ ਛੇਤੀ ਮੀਡੀਆ ਅੱਗੇ ਖੁਲਾਸਾ ਕਰੋ ਕਿ ਕਿਹੜਾ ਦਬਾਅ ਕਾਰਵਾਈ ਨਹੀਂ ਕਰਨ ਦਿੰਦਾ। ਅੰਮ੍ਰਿਤਸਰ ਦੇ ਮੇਅਰ ਨੂੰ ਮੈਂ ਕਹਿਣਾ ਚਾਹੁੰਦਾ ਕਿ ਛੇਤੀ ਹੀ ਖੁਲਾਸਾ ਕਰ, ਕਿਉਂਕਿ ਤੂੰ ਵੀ ਸ਼ੱਕ ਦੇ ਦਾਇਰੇ 'ਚ ਆ ਜਾਣਾ ਕਿ ਖੁਲਾਸਾ ਕਰੋ ਇਸ ਗੱਲ ਦਾ ਕਿ ਤੇਰੇ ਕੰਮਾਂ ਦੇ ਵਿੱਚ ਦਖਲ ਕੌਣ ਦੇ ਰਿਹਾ, ਤੈਨੂੰ ਰੋਕ ਕੌਣ ਰਿਹਾ। ਕਿਉਂਕਿ 3 ਤਰੀਕ ਨੂੰ ਤੁਸੀਂ ਪੁਲਿਸ ਫੋਰਸ ਮੰਗੀ ਸੀ, 5 ਤਰੀਕ ਵਾਸਤੇ, 5 ਨੂੰ ਪੁਲਿਸ ਫੋਰਸ ਵੀ ਮਿਲੀ, ਤੁਹਾਡੇ ਕੋਲੋਂ ਹੋਟਲ ਇੱਕ ਵੀ ਨਹੀਂ ਢਾਇਆ ਗਿਆ, ਕਿਹਦੇ ਫੋਨ ਆਏ, ਕਿਹੜਾ ਤੁਹਾਡੇ ਨਾਲ ਤਾਲਮੇਲ ਕਰਦਾ, ਇਹ ਲੋਕਾਂ ਨੇ ਤੈਨੂੰ ਵਿਸ਼ਵਾਸ ਨਾ ਬਣਾਇਆ ਔਰ ਇਹ ਜਿਹੜੇ ਤੱਥ ਆ ਜਾਂ ਜਿਹੜਾ ਜਿਹੜੇ ਬੰਦਾ ਇਹ ਕੰਮ ਤੋਂ ਰੋਕਦਾ ਉਹਦਾ ਖੁਲਾਸਾ ਕਰ ਪਬਲਿਕ।
अमृतसर विच नजायज उसारियां तों पर्दा चुक के मन्ना ने अपनी सरकार नूं कसूता फसा दिता। अड़िके विच आए नवजोत सिद्धू भावें इन्हां इल्जामां नूं नकार चुके ने, पर मन्ना लगातार चुनौती दे रहे ने कि जेकर इल्जाम झूठे ने तां उन्हां खिलाफ कार्रवाई क्यों नहीं करदे। इल्जाम जो भी होण, पर एक वार तां पंजाब दे लोक सिद्धू दे अक्स ते लगे इस धब्बे का जवाब जरूर मंगणगे।